ਬਸ ਇਹੀ ਹੈ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਸਾਰੇ ਭਰਾ ਹੈ ਉਹ ਸਾਰੇ ਰਲ ਮਿਲ ਕੇ ਅਸੀਂ ਸਾਰੇ ਇਕੱਠੇ ਹੋ ਕੇ ਰਹੀਏ। ਪਾਕਿਸਤਾਨ ਦੇ ਸਿੱਖ ਮਹਿਫੂਜ਼ ਨੇ ਪਾਕਿਸਤਾਨ ਦੇ ਅੰਦਰ, ਰੱਬ ਅੱਗੇ ਦੁਆ ਹੈ ਕਿ ਮਹਿਫੂਜ਼ ਰਹਿਣ, ਔਰ ਸਾਨੂੰ ਭਰੋਸਾ ਵੀ ਹੈ ਕਿ ਪਾਕਿਸਤਾਨੀ ਆਵਾਮ ਜਿਹੜੀ ਹੈ ਸਾਡੇ ਸਿੱਖਾਂ ਦਾ ਖਿਆਲ ਰੱਖੇਗੀ, ਰੱਖਦੀ ਵੀ ਹੈ ਹੋਰ ਰੱਖੇਗੀ, ਉਹ ਦੋਵੇਂ ਇੱਥੇ ਸਿੱਖ ਹਿੰਦੂ ਮੁਸਲਮਾਨ ਸਾਰੇ ਜਿਹੜੇ ਰਲ ਮਿਲ ਕੇ ਰਹਿਣਗੇ। ਕਰਤਾਰਪੁਰ ਕੋਰੀਡੋਰ ਮੈਂ ਸਮਝਦਾ ਕਿ ਪਾਕਿਸਤਾਨ ਦੀ ਸਰਕਾਰ ਦੀ ਤਰਫੋਂ ਜਾਂ ਭਾਰਤ ਸਰਕਾਰ ਦੀ ਤਰਫੋਂ ਇੱਕ ਸਿੱਖਾਂ ਨੂੰ ਬੜਾ ਵੱਡਾ ਤੋਹਫਾ ਮਿਲਿਆ, ਔਰ ਇਹਦੇ ਨਾਲ ਦੋਨੇ ਮੁਲਕਾਂ ਦੇ ਵਿੱਚ ਅਮਨੋ ਅਮਾਨ ਵੀ ਕਾਇਮ ਹੋਏਗਾ, ਗੱਲਬਾਤ ਦਾ ਜ਼ਰੀਆ ਖੁੱਲ੍ਹੇਗਾ, ਅਤੇ ਜਦੋਂ ਗੱਲਬਾਤ ਦਾ ਜ਼ਰੀਆ ਖੁੱਲ੍ਹੇਗਾ ਦੋਨੋਂ ਮੁਲਕ ਆਪਸ 'ਚ ਰਲ ਮਿਲ ਕੇ ਬੈਠਣਗੇ ਅਤੇ ਸਾਰੀ ਜਿਹੜੀ ਮੁਸ਼ਕਲ ਜਿਹੜੀ ਨੇ ਉਹਨਾਂ ਦੇ ਹੱਲ ਹੋਣਗੇ। ਪਾਸਪੋਰਟ ਦੀ ਸ਼ਰਤ ਜਿਹੜੀ ਹੈ ਉਹ ਹਟਣੀ ਚਾਹੀਦੀ ਹੈ, ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਨੋਰਮਲ ਹੋਣੀ ਚਾਹੀਦੀ ਹੈ, ਅਤੇ ਇਹ ਦੋਨਾਂ ਮੁਲਕਾਂ ਦੀਆਂ ਹੀ ਸਰਕਾਰਾਂ ਨੂੰ ਰਲ ਮਿਲ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਇਸ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਕੇ ਇੱਕ ਆਸਾਨ ਜ਼ਰੀਆ ਜਿਹੜਾ ਹੈ ਯਾਤਰਾ ਦਾ ਉਹ ਕਿਵੇਂ ਬਣਾ ਸਕਦੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ 5 ਲੱਖ ਆਵੇ ਜੀ, ਅਤੇ ਆਉਣਾ ਚਾਹੀਦਾ, ਇੱਥੇ ਇਕੱਠੇ ਹੋਈਏ, ਇੱਥੇ ਬੈਠੀਏ, ਇਹ ਸਾਡਾ ਸਥਾਨ ਹੈ, ਅਤੇ ਵੱਧ ਤੋਂ ਵੱਧ ਸੰਗਤ, ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸੰਗਤ ਨੂੰ ਅਸੀਂ ਪ੍ਰੇਰਨਾ ਹੌਸਲਾ ਅਫਜ਼ਾਈ ਕਰਕੇ ਇੱਥੇ ਲੈ ਕੇ ਆਈਏ।